ਦਲਜੀਤ ਸਿੰਘ ਜੀ, ਇਸ ਵਕਤ ਦਾ ਕਹਿ ਲਓ ਕਿ ਪੰਜਾਬ ਵਿੱਚ ਇੱਕ ਵੱਡਾ ਮਸਲਾ ਬਣ ਕੇ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਦਿਬਰੂਗੜ੍ਹ ਜੇਲ੍ਹ ਵਿੱਚ ਭਾਈ ਅਮਰਪਾਲ ਸਿੰਘ ਦੀ ਬੈਰਕ ਵਿੱਚੋਂ ਖੁਫੀਆ ਕੈਮਰਾ ਬਲਿਊਡ ਉੱਥੋਂ ਮਿਲੇ ਨੇ, ਤੇ ਇਹ ਸਾਰੇ ਘਟਨਾਕ੍ਰਮ ਤੁਸੀਂ ਕਿਵੇਂ ਦੇਖਦੇ ਹੋ? ਜਿਸ ਤੋਂ ਬਾਅਦ ਇਹ ਮਸਲਾ ਨੈਸ਼ਨਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ, ਹਾਲਾਂਕਿ ਇਹ ਇਲਜ਼ਾਮ ਜਿਹੜੇ ਨੇ ਉਲਟਾ ਭਾਈ ਅਮਰਪਾਲ ਸਿੰਘ ਦੇ ਲੱਗ ਰਹੇ ਨੇ, ਕੀ ਸਾਰੇ ਇਸ ਘਟਨਾਕ੍ਰਮ ਤੁਸੀਂ ਕਿਵੇਂ ਦੇਖਦੇ ਹੋ? ਜੀ ਬਿਲਕੁਲ ਬਿਲਕੁਲ, ਤੁਸੀਂ ਆਪ ਹੀ ਗੱਲ ਜਿਹੜੀ ਹੈ ਬਹੁਤ ਵਧੀਆ ਦੱਸ ਦਿੱਤੀ ਹੈ ਕਿ ਜਿਹੜਾ ਇਲਜ਼ਾਮ ਹੈ ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਲੱਗ ਰਿਹਾ ਹੈ। ਸੋ ਨੈਸ਼ਨਲ ਮੀਡੀਆ ਇਹਨੂੰ ਇਸੇ ਤਰੀਕੇ ਦੇ ਨਾਲ ਦਿਖਾ ਰਿਹਾ ਕਿ ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਅੰਦਰ ਕੈਮਰੇ ਲੁਕੋਏ ਹੋਣ ਜਾਂ ਫਿਰ ਹੈੱਡਫੋਨ ਬਲੂਟੂਥ ਜਿਹੜੇ ਨੇ ਉਹ ਲੁਕੋਏ ਹੋਣ। ਪਰ ਜਦੋਂ ਆਪਾਂ ਦੂਸਰੇ ਪਾਸੇ ਸੁਣਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਖਾਰਾ ਸਾਹਿਬ, ਉਹਨਾਂ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਉਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਪ੍ਰਸ਼ਾਸਨ ਦੇ ਉੱਤੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿੱਥੇ ਨਹਾਉਣ ਵਾਲੀ ਜਗ੍ਹਾ ਹੁੰਦੀ ਹੈ, ਬਾਥਰੂਮ ਹੁੰਦੇ ਨੇ ਜੇਲ੍ਹਾਂ ਦੇ ਵਿੱਚ, ਉੱਥੇ ਕੈਮਰੇ ਲਾਏ ਹੋਏ ਨੇ, ਸਪਾਈ ਕੈਮਰੇ, ਤੇ ਤਕਰੀਬਨ ਕਹਿੰਦੇ ਨੇ ਕਿ 22 ਕੈਮਰੇ ਨੇ ਜਿਹੜੇ ਫੜੇ ਗਏ ਆ। ਸੋ ਤੁਸੀਂ ਦੇਖੋ ਵੀ ਜਿੱਥੇ ਨਹਾਉਣ ਵਾਲੀ ਥਾਂ ਹੁੰਦੀ ਹੈ, ਜਿਹਨੂੰ ਬਾਥਰੂਮ ਵੀ ਆਪਾਂ ਕਹਿ ਦਿੰਦੇ, ਵਾਸ਼ਰੂਮ ਕਹਿ ਦਿੰਦੇ ਆ ਜਾਂ ਹੋਰ ਵੀ ਨਾਮ ਇਹਨੂੰ ਲਏ ਜਾਂਦੇ ਆ, ਉਹਦੇ ਵਿੱਚ ਕੈਮਰੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਥੋੜਾ ਲਾਊਗਾ ਆਪਣੇ ਉੱਤੇ। ਸੋ ਉਹਨਾਂ ਸਿੰਘਾਂ ਨੇ ਜਿਹਨੇ ਦਿਬੜੂਗੜ੍ਹ ਦੇ ਜਿਹੜੇ ਸਿੰਘ ਨੇ, ਉਹਨਾਂ ਨੇ ਕੀ ਕੀਤਾ, ਉਹ ਕੈਮਰੇ ਜਿਹੜੇ ਨੇ ਉਹ ਲਾ ਕੇ ਤੋੜ ਕਰਕੇ ਆਪਣੇ ਕੋਲ ਜਿਹੜੇ ਤਾਰਾਂ ਤੂਰਾ ਖਿੱਚ ਕੇ ਉਹ ਰੱਖ ਲਏ, ਤੇ ਉਹਨਾਂ ਨੇ ਇਲਜ਼ਾਮ ਜਿਹੜੇ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨ ਤੇ ਲਾਏ ਨੇ ਕਿ ਸਾਡੀ ਨਹਾਉਂਦਿਆਂ ਦੀ ਨਗਨ ਹਾਲਤ ਦੇ ਵਿੱਚ ਵੀ ਇਹ ਵੀਡੀਓ ਜਿਹੜੀਆਂ ਰਿਕਾਰਡ ਕੀਤੀਆਂ ਜਾ ਰਹੀਆਂ ਸੀ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈਗਾ। ਸੋ ਤੁਸੀਂ ਦੇਖੋ ਹਰ ਇੱਕ ਇਨਸਾਨ ਦੇ ਆਪਣੇ ਰਾਈਟ ਹੁੰਦੇ ਨੇ, ਫੰਡਾਮੈਂਟਲ ਰਾਈਟਸ ਹੁੰਦੇ ਨੇ, ਭਾਵੇਂ ਕੋਈ ਕੈਦੀ ਹੈ ਭਾਵੇਂ ਕੋਈ ਆਮ ਇਨਸਾਨ ਹੈ, ਹਰ ਇੱਕ ਦੇ ਰਾਈਟ ਨੇ, ਪ੍ਰਾਈਵੇਸੀ ਹੁੰਦੀ ਹੈ। ਸੋ ਇਹ ਕਿਹੜੀ ਗੱਲ ਹੋ ਗਈ ਵੀ ਤੁਸੀਂ ਉਹਨਾਂ ਦੇ ਨਹਾਉਂਦਿਆਂ ਦੀਆਂ ਵੀਡੀਓਜ਼ ਜਿਹੜੀਆਂ ਰਿਕਾਰਡ ਕਰ ਰਹੇ ਹੋ, ਸੋ ਉਹਦਾ ਬਾਅਦ ਵਿੱਚ ਤੁਸੀਂ ਕੀ ਕਰੋਗੇ, ਉਹਨਾਂ ਨੂੰ ਬਲੈਕਮੇਲ ਕਰੋਗੇ ਜਾਂ ਫਿਰ ਇਹ ਬਹੁਤ ਨੀਚਤਾ ਦੇ ਉੱਤੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਉਤਰੀਆਂ ਹੋਈਆਂ ਨੇ। ਹੁਣ ਤੁਸੀਂ ਦੇਖੋ ਕਿ ਜਿਹੜੇ ਖਾਰਾ ਸਾਹਿਬ ਨੇ, ਉਹਨਾਂ ਦੇ ਵਕੀਲ, ਉਹਨਾਂ ਨੇ ਇਲਜ਼ਾਮ ਜਿਹੜੇ ਨੇ ਉਹ ਦਿਬੜੂਗੜ੍ਹ ਜੇਲ੍ਹ ਪ੍ਰਸ਼ਾਸਨ ਤੇ ਨਹੀਂ ਬਲਕਿ ਭਗਵੰਤ ਮਾਨ ਦੇ ਉੱਤੇ ਵੀ ਲਾਏ ਨੇ ਕਿ ਰਲ ਮਿਲ ਕੇ ਇਹ ਸਾਰਾ ਕੁਝ ਕਰ ਰਹੇ ਆ। ਸੋ ਤੁਸੀਂ ਦੇਖੋ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਭਾਨਾ ਸਿੱਧੂ ਨੇ ਵੀ ਇਹ ਗੱਲ ਬਾਹਰ ਆ ਕੇ ਦੱਸੀ ਹੈ ਕਿ ਉਹਨਾਂ ਨੂੰ ਨੰਗੀਆਂ ਕਰਕੇ ਕੁੱਟਿਆ ਜਾਂਦਾ ਸੀ, ਠੰਡਾ ਪਾਣੀ ਪਾਇਆ ਜਾਂਦਾ ਸੀ ਤੇ ਹੋਰ ਬੜੇ ਮਤਲਬ ਕਿ ਉਹਨਾਂ ਦੇ ਨਾਲ ਸ਼ਰਮਨਾਕ ਕਰਤੂਤਾਂ ਜਿਹੜੀਆਂ ਕੀਤੀਆਂ ਗਈਆਂ। ਸੋ ਜੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੇਲ੍ਹ ਦੇ ਵਿੱਚ ਆਹ ਕੁਛ ਹੋ ਰਿਹਾ ਤੇ ਇਹ ਬਹੁਤ ਨਿੰਦਣਯੋਗ ਹੈ। ਇੱਕ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਦਾ ਬਿਹੇਵ ਕਿੱਦਾਂ ਦਾ ਹੁੰਦਾ ਤੇ ਆਮ ਕੈਦੀਆਂ ਦਾ ਕਿਹੋ ਜਿਹਾ ਹੁੰਦਾ। ਹੁਣ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਣਾ ਇਸ ਤਰ੍ਹਾਂ ਦੀਆਂ ਕਿਸੇ ਹੋਰ ਗੈਰ ਸਿੱਖ ਦੇ ਕੋਲੋਂ ਜਿਹੜਾ ਕੈਦੀ ਰਿਹਾ ਹੋਵੇ ਉਹਨੇ ਕਿਹਾ ਹੋਵੇ ਭਾਈ ਸਾਡੇ ਨਾਲ ਇੱਦਾਂ ਹੋਇਆ ਉਦਾਂ ਹੋਇਆ, ਜਾਂ ਬਹੁ ਗਿਣਤੀ ਹਿੰਦੂ ਧਰਮ ਦਾ ਕੋਈ ਕੋਈ ਸ਼ਖਸ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਗਿਆ ਹੋਵੇ। ਆਪਾਂ ਦੂਰ ਕੀ ਜਾਣਾ ਆ ਸੱਜਣ ਕੁਮਾਰ ਹੋਰਾਂ ਦੀ ਗੱਲ ਕਰ ਲੈਂਦੇ ਹਾਂ। ਸੋ ਸੱਜਣ ਕੁਮਾਰ ਨੇ ਕਦੀ ਨੀ ਇਹ ਗੱਲ ਕਹੀ ਕਿ ਸਾਡੇ ਕੈਮਰੇ ਲਾਏ ਗਏ, ਸਾਡੀਆਂ ਨਹਾਉਂਦਿਆਂ ਦੀਆਂ ਵੀਡੀਓ ਬਣਾਈਆਂ ਗਈਆਂ ਜਾਂ ਫਿਰ ਸਾਨੂੰ ਗਾਂ ਦਾ ਮਾਸ ਖਵਾਇਆ ਗਿਆ, ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜ਼ਿਕਰ ਕੀਤਾ ਸੀ ਕਿ ਸਾਡੇ ਖਾਣੇ ਦੇ ਵਿੱਚ ਤੰਬਾਕੂ ਮਿਕਸ ਕੀਤਾ ਗਿਆ। ਸੋ ਤੁਸੀਂ ਕਿਸੇ ਵੀ ਹਿੰਦੂ ਭਰਾ ਦੇ ਕੋਲੋਂ ਜਾਂ ਕਿਸੇ ਹੋਰ ਕੋਲੋਂ ਸੁਣਿਆ ਨਹੀਂ ਹੋਣਾ ਇਸ ਤਰ੍ਹਾਂ ਦਾ। ਸੋ ਸਿੱਖ ਕੈਦੀਆਂ ਦੇ ਨਾਲ ਇਹੋ ਜਿਹਾ ਵਤੀਰਾ, ਜੇ ਹੁਣ ਆਪਾਂ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੱਧੇ ਤੌਰ ਤੇ ਕਰੀਏ ਤਾਂ ਇੱਕ ਜਿਹੜਾ ਨੌਜਵਾਨ ਹੈਗਾ ਬੜੀ ਸਪਿਰਿਟ ਦਾ ਮਾਲਕ ਹੈ, ਜਿਹਨੇ ਪੰਜਾਬ ਦੇ ਹੱਕਾਂ ਦੀ ਗੱਲ ਐਨ ਗੱਜ ਵੱਜ ਕੇ ਕੀਤੀ ਹੈ ਤੇ ਉਹਨਾਂ ਨੂੰ ਬਿਨਾਂ ਗੱਲੋਂ ਕੋਈ ਵੱਡੇ ਉਹਨਾਂ ਦੇ ਉੱਤੇ ਕੇਸ ਨਹੀਂ ਸੀਗੇ, ਉਹਨਾਂ ਨੂੰ NSA ਲਾ ਕੇ ਦਿਬੜੂਗੜ੍ਹ ਜੇਲ੍ਹ 2000 ਕਿਲੋਮੀਟਰ ਦੂਰ ਭੇਜ ਦਿੱਤਾ ਗਿਆ। ਸੋ ਹੁਣ ਜਿਹੜਾ ਬਿਹੇਵੀਅਰ ਉਹਨਾਂ ਦੇ ਨਾਲ ਉੱਥੇ ਕੀਤਾ ਜਾ ਰਿਹਾ, ਸੋ ਕਿਤੇ ਨਾ ਕਿਤੇ ਬਹੁਤ ਘਟੀਆ ਕਿਸਮ ਦਾ, ਤੇ ਜੋ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਇਸ ਖ਼ਬਰ ਨੂੰ ਦਿਖਾ ਰਿਹਾ ਉਹ ਉਹਦੇ ਤੋਂ ਵੀ ਘਟੀਆ। ਤੁਸੀਂ ਨੈਸ਼ਨਲ ਮੀਡੀਆ ਦੀ ਜਿਹੜੀ ਖ਼ਬਰ ਹੈ ਨਾ ਉਹਨੂੰ ਜੇ ਪੜ੍ਹੋ ਤੇ ਉਹ ਇਸ ਤਰ੍ਹਾਂ ਦਿਖਾ ਰਹੇ ਨੇ, ਲੋਕਾਂ ਨੂੰ ਸ਼ੋਅ ਕਰਨਾ ਚਾਹ ਰਹੇ ਨੇ ਕਿ ਇਹ ਸਾਰਾ ਜਿਹੜਾ ਸਮਾਨ, ਕੈਮਰੇ, ਹੈੱਡਫੋਨ, ਬਲੂਟੂਥ, ਇਹ ਭਾਈ ਅੰਮ੍ਰਿਤਪਾਲ ਸਿੰਘ ਨੇ ਲਿਆਂਦਾ ਅੰਦਰ। ਪਰ ਜੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਵੀ ਪ੍ਰਸ਼ਾਸਨ ਨੇ ਸਾਡੇ ਕੈਮਰੇ ਲਾਏ ਹੋਏ ਨੇ ਅੰਦਰ।
ਸੋ ਉਹ ਹੁਣ ਦੂਜੀ ਵਾਰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਜਾ ਰਹੇ ਨੇ। ਇਸ ਗੱਲ ਦੀ ਖਬਰ ਉਹਨਾਂ ਦੀ ਮਾਤਾ ਜੀ ਵੱਲੋਂ ਲਾਈਵ ਆ ਕੇ ਇੱਕ ਵੀਡੀਓ ਰਾਹੀਂ ਵੀ ਦਿੱਤੀ ਗਈ ਹੈ ਕਿ ਦੂਸਰੀ ਵਾਰ ਉਹ ਜਾ ਰਹੇ ਨੇ ਭੁੱਖ ਹੜਤਾਲ ਦੇ ਉੱਤੇ। ਸੋ ਭੁੱਖ ਹੜਤਾਲ ਦੀ ਵਜ੍ਹਾ ਇਹੀ ਹੈ ਕਿ ਤੁਸੀਂ ਸਾਡੇ ਨਹਾਉਂਦਿਆਂ ਦੀਆਂ ਵੀਡੀਓ, ਸਾਡੇ ਸੌਂਦਿਆਂ ਦੀਆਂ ਵੀਡੀਓ ਜਿਹੜੀਆਂ ਉਹ ਤੁਸੀਂ ਬਣਾ ਰਹੇ ਹੋ। ਸੋ ਇਹ ਬਹੁਤ ਘਟੀਆ ਕਰਤੂਤਾਂ ਦੇ ਉੱਤੇ ਪ੍ਰਸ਼ਾਸਨ ਜਿਹੜਾ ਜਾਂ ਸਰਕਾਰਾਂ ਉਤਰੀਆਂ ਹੋਈਆਂ। ਇੱਕ ਪ੍ਰਾਈਵੇਸੀ ਜਾਂ ਫਿਰ ਜਿਹੜੇ ਰਾਈਟਸ ਹੁੰਦੇ ਨੇ, ਹਰ ਇੱਕ ਹਿਊਮਨ ਦੇ ਆਪਣੇ ਰਾਈਟ ਨੇ, ਹਰ ਇੱਕ ਇਨਸਾਨ ਦੇ ਆਪਣੇ ਰਾਈਟ ਹੈਗੇ ਆ, ਸੋ ਉਹਨਾਂ ਦੀ ਵੀ ਉਲੰਘਣਾ ਵੱਡੇ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ। ਸੋ ਇਹਦੇ ਤੋਂ ਘਟੀਆ ਹੋਰ ਕੀ ਹੋ ਸਕਦਾ ਜੀ? ਕਿ ਇੱਕਦਮ ਜੋ ਅੰਮ੍ਰਿਤਪਾਲ ਸਿੰਘ ਦੇ ਉੱਥੇ ਜਿਹੜਾ ਲਾਇਆ ਗਿਆ ਕੈਮਰਾ, ਮੈਂ ਸਮਝਾਵਾਂਗਾ ਉਸਦਾ ਮਕਸਦ ਕੀ ਹੋ ਸਕਦਾ, ਕੈਮਰਾ ਲਾ ਕੇ ਕੀ ਕੱਢਿਆ ਜਾ ਸਕਦਾ। ਕਿਉਂਕਿ ਜੇ ਆਪਾਂ ਕਹੀਏ ਕੋਈ ਇਹੀ ਜਾਣਕਾਰੀ ਉਹਨਾਂ ਲੈਣੀ ਹੋਵੇ ਤੇ ਉਹ ਤਾਂ ਹੁਣ ਪਹਿਲਾਂ ਹੀ ਜੇਲ੍ਹ ਵਿੱਚੋਂ ਨੇ, ਹੋਰ ਕਿਹੜੀ ਖੁਫੀਆ ਜਾਣਕਾਰੀ ਉਹਨਾਂ ਤੋਂ ਲਈ ਜਾ ਸਕਦੀ ਹੈ ਇਸ ਤਰੀਕੇ ਨਾਲ? ਦੇਖੋ ਇਹ ਮਾਨਸਿਕ ਤੌਰ ਦੇ ਉੱਤੇ ਤਸ਼ੱਦਦ ਹੁੰਦਾ। ਹੁਣ ਤੁਹਾਨੂੰ ਕੈਮਰਿਆਂ ਦੀ ਗੱਲ ਤੋਂ ਤੁਹਾਨੂੰ ਸੁਖਪਾਲ ਸਿੰਘ ਖਹਿਰਾ ਵੀ ਯਾਦ ਆ ਗਿਆ ਹੋਣਾ ਕਿ ਜਦੋਂ ਉਹ ਜੇਲ੍ਹ ਚੋਂ ਬਾਹਰ ਆਉਂਦੇ ਆ ਤੇ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਕਿ ਸਾਡੇ ਮੇਰੇ ਉੱਤੇ ਜਿਹੜੇ ਨੇ ਉਹ ਕੈਮਰੇ ਲਾਏ ਗਏ ਨੇ ਅੰਦਰ ਜੇਲ੍ਹ ਦੇ ਵਿੱਚ ਵੀ, ਜਿੱਥੇ ਉਹ ਰਹਿੰਦੇ ਨੇ, ਸੌਂਦੇ ਨੇ, ਬਹਿੰਦੇ ਨੇ, ਖਾਂਦੇ ਪੀਂਦੇ ਆ, ਤੋ ਉੱਥੇ ਵੀ ਕੈਮਰੇ ਲੱਗੇ ਨੇ। ਸੋ ਇਹਦੇ ਤੋਂ ਆਪਾਂ ਨਾ ਨਹੀਂ ਕਰ ਸਕਦੇ ਕਿ ਉਹਨਾਂ ਦੇ ਕੈਮਰੇ ਨਹੀਂ ਲੱਗੇ ਹੋਣਗੇ। ਮਤਲਬ ਕਿ ਅੱਜ ਕੱਲ੍ਹ ਜੇ ਉਹ ਹੋ ਰਿਹਾ, ਉਹ ਮਤਲਬ ਕਿ ਆਪਾਂ ਕਹਿ ਲਈਏ ਵੀ ਨਿੱਜੀ ਰੰਜਿਸ਼ ਜਾਂ ਫਿਰ ਸਰਕਾਰਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਵਤੀਰਾ ਕਰਦੀਆਂ। ਹੁਣ ਸੁਖਪਾਲ ਸਿੰਘ ਖਹਿਰਾ ਹੋ ਗਿਆ ਜਾਂ ਫਿਰ ਭਾਨਾ ਸਿੱਧੂ ਹੋ ਗਿਆ, ਇਹ ਭਗਵੰਤ ਮਾਨ ਦੇ ਐਂਟੀ ਗੱਲ ਕਰਦੇ ਨੇ। ਕਿ ਤੁਹਾਨੂੰ ਪਤਾ ਹੋਣਾ ਕਿ ਜਿਹੜੀਆਂ ਸਰਕਾਰ ਦੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਖਿਲਾਫ ਬੋਲਦੇ ਨੇ ਦੋਨੋਂ। ਸੋ ਇਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਤੋੜਨਾ, ਉਹਦੇ ਕਰਕੇ ਆ ਸਾਰਾ ਕੁਛ ਹੋ ਸਕਦਾ ਕਰ ਰਹੀ ਹੋਵੇ, ਜਿਹੜੇ ਕੈਮਰੇ ਲਾ ਕੇ ਸੁਖਪਾਲ ਸਿੰਘ ਖਹਿਰਾ ਜਾਂ ਫਿਰ ਭਾਨੇ ਸਿੱਧੂ ਨੂੰ। ਹੁਣ ਜਦੋਂ ਆਪਾਂ ਡਿਬੜੂਗੜ ਵਾਲੇ ਸਿੰਘਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਵੀ ਇਹੀ ਮਕਸਦ ਕੈਮਰੇ ਲਾਉਣ ਦਾ ਉੱਥੇ ਇਹੀ ਹੈ ਕਿ ਇਹਨਾਂ ਨੂੰ ਕੱਲ ਨੂੰ ਜਿਹੜਾ ਹੈ ਇਹ ਵੀਡੀਓ ਦਿਖਾ ਕੇ ਤੇ ਮੈਂਟਲੀ ਡਿਸਟਰਬ ਕੀਤਾ ਜਾਵੇ, ਇਹਨਾਂ ਨੂੰ ਦਿਖਾਇਆ ਜਾਵੇ ਕਿ ਆਹ ਦੇਖੋ ਤੁਹਾਡਾ ਕੀ ਸਾਡੇ ਕੋਲ ਪਿਆ ਹੋਇਆ। ਸੋ ਇਹ ਮਤਲਬ ਕਿ ਇਹ ਘਟੀਆ ਪੱਧਰ ਹੈ। ਇੱਕ ਆਪਾਂ ਇਹ ਦੇਖਦੇ ਹਾਂ ਵੀ ਇਹ ਇੱਕ ਜਦੋਂ ਆਪਾਂ ਕਰਦੇ ਹਾਂ ਗੱਲ ਕਾਨੂੰਨ ਦੀ, ਪ੍ਰਸ਼ਾਸਨ ਦੀ, ਜੇਲ੍ਹਾਂ ਜਿਹੜੀਆਂ ਨੇ ਉਹ ਸੁਧਾਰ ਘਰ ਹੁੰਦੀਆਂ। ਸੁਧਾਰ ਘਰ ਨਾਮ ਤੁਸੀਂ ਅਕਸਰ ਹੀ ਪੜਿਆ ਹੋਣਾ ਥਾਣਿਆਂ ਦੇ ਬਾਹਰ, ਜੇਲ੍ਹਾਂ ਦੇ ਬਾਹਰ, ਕਿ ਇਹ ਜੀ ਸੁਧਾਰ ਘਰ ਹੈ। ਸੁਧਾਰ ਘਰ ਦਾ ਮਤਲਬ ਕਿ ਅਸੀਂ ਇਹਨਾਂ ਨੂੰ ਸੁਧਾਰ ਕੇ ਬਾਹਰ ਕੱਢਣਾ, ਇਹ ਵੀ ਗੱਲ ਆਪਾਂ ਚਲੋ ਮੰਨ ਲੈਂਦੇ ਹਾਂ। ਪਰ ਇਹ ਸੁਧਾਰਨ ਦੀ ਕਿਹੜੀ ਵਿਧੀ ਹੈਗੀ ਹੈ ਵੀ ਤੁਸੀਂ ਕੈਮਰੇ ਲਾ ਕੇ ਤੇ ਉਹਨਾਂ ਦੀਆਂ ਵੀਡੀਓਜ਼ ਰਿਕਾਰਡ ਕਰ ਰਹੇ ਹੋ, ਉਹਨਾਂ ਦੇ ਉੱਤੇ ਸਪਾਈ ਕਰ ਰਹੇ ਹੋ, ਜਿਹੜਾ ਉਹਨਾਂ ਦੇ ਆਪਣੇ ਰਾਈਟ ਨੇ, ਹਰ ਇੱਕ ਹਿਊਮਨ ਦਾ ਆਪਣਾ ਰਾਈਟ ਹੈ, ਇਨਸਾਨ ਦਾ ਜਿਹੜਾ ਇਸ ਧਰਤੀ ਦੇ ਉੱਤੇ ਆਇਆ ਹੋਇਆ। UN ਦਾ ਚਾਰਟ ਕਹਿੰਦਾ ਵੀ ਹਰ ਇੱਕ ਦਾ ਆਪਣਾ ਰਾਈਟ ਹੈਗਾ। ਭਾਰਤੀ ਕਾਨੂੰਨ ਈਵਨ ਇਹ ਗੱਲ ਕਹਿੰਦਾ, ਅਸੀਂ UN ਕਿਉਂ ਜਾਣਾ, ਭਾਰਤੀ ਕਾਨੂੰਨ ਕਹਿੰਦਾ ਕਿ ਆਪਣੇ ਰਾਈਟ ਨੇ, ਸਾਰਿਆਂ ਦੇ ਆਪਣੇ ਆਪਣੇ ਰਾਈਟ ਹੈ। ਸੋ ਉਹਦਾ ਵੀ ਜਿਹੜਾ ਹੈਗਾ ਇੱਥੇ ਉਲੰਘਣਾ ਜਿਹੜੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਕੀਤੀ ਜਾ ਰਹੀ ਹੈ। ਸੋ ਇਹਦਾ ਮਤਲਬ ਇਹੀ ਹੋਇਆ ਨਾ ਕਿ ਭਾਈ ਜਦੋਂ ਗੱਲ ਸਿੱਖਾਂ ਦੀ ਆਉਂਦੀ ਹੈ ਤਾਂ ਤੁਸੀਂ ਕਿਸੇ ਵੀ ਹੱਦ ਤੱਕ ਨੀਚਤਾ 'ਚ ਜਾ ਸਕਦੇ ਹੋ, ਤੇ ਆਮ ਜੇ ਕੋਈ ਹੋਰ ਲੀਡਰ ਹੋਵੇ, ਕੋਈ ਹੋਰ ਮਤਲਬ ਕਿਸੇ ਹੋਰ ਬਹੁਗਿਣਤੀ ਧਰਮ ਦੇ ਨਾਲ ਸੰਬੰਧਿਤ ਕੋਈ ਹੋਵੇ, ਸੋ ਉਹਨਾਂ ਦੇ ਨਾਲ ਇਹੋ ਜਿਹੇ ਵਤੀਰੇ ਜਿਹੜੇ ਆ ਉਹ ਨਹੀਂ ਹੁੰਦੇ। ਸੋ ਇਹ ਬਹੁਤ ਨਿੰਦਣਯੋਗ ਗੱਲ ਹੈਗੀ ਹੈ, ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ, ਵਕੀਲਾਂ ਨੂੰ ਅੱਗੇ ਆਉਣਾ ਚਾਹੀਦਾ, ਹਿਊਮਨ ਰਾਈਟਸ ਜਿਹੜੇ ਐਕਟੀਵਿਸਟ ਨੇ ਉਹਨਾਂ ਨੂੰ ਅੱਗੇ ਆ ਕੇ ਇਹ ਗੱਲ ਕਰਨੀ ਚਾਹੀਦੀ ਹੈ। ਤੇ ਇੱਕ ਬੀਬੀ ਬਹੁਤ ਬੋਲਦੀ ਹੁੰਦੀ ਹੈ ਪੰਜਾਬ 'ਚ, ਵਕੀਲਣ ਹੈਗੀ ਆ ਉਹ ਸਿਮਰਨਜੀਤ ਕੌਰ, ਸ਼ਾਇਦ ਮੈਂ ਨਾਮ ਜੇ ਉਹਦਾ ਗਲਤ ਨਾ ਲੈ ਰਿਹਾ ਹੋਵਾਂ, ਉਹ ਬੜੀ ਹਿਊਮਨ ਰਾਈਟਸ ਦੀ ਗੱਲ ਕਰਦੀ ਹੁੰਦੀ ਹੈ, ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ ਉਦੋਂ ਉਹ ਚੁੱਪ ਕਰ ਜਾਂਦੀ ਹੈ, ਉਹਨੂੰ ਉਦਾਂ ਹਿਊਮਨ ਰਾਈਟਸ ਬਹੁਤ ਲੱਭਦੇ ਹੁੰਦੇ ਨੇ, ਪਰ ਜਦੋਂ ਸਿੱਖ ਨੌਜਵਾਨਾਂ ਦੇ ਨਾਲ ਹੁੰਦੇ ਧੱਕੇ ਦੀ ਗੱਲ ਹੁੰਦੀ ਹੈ ਤਾਂ ਉਹ ਬੀਬੀ ਵੀ ਨਹੀਂ ਬੋਲਦੀ। ਸੋ ਇਹੋ ਜਿਹੇ ਲੋਕਾਂ ਨੂੰ ਵੀ ਪਛਾਣਨਾ ਚਾਹੀਦਾ ਜਿਹੜੇ ਐਵੇਂ ਹੀ ਬਸ ਅਬਲੀਆਂ ਤਬਲੀਆਂ ਮਾਰ ਕੇ ਫੇਮਸ ਹੋਣਾ ਚਾਹੁੰਦੇ ਆ, ਸੋ ਜਦੋਂ ਕਿਤੇ ਗੱਲ ਅਸਲ ਕਰਨ ਵਾਲੀ ਹੁੰਦੀ ਉਦੋਂ ਚੁੱਪ ਕਰ ਜਾਂਦੇ ਨੇ। ਜੀ ਜੀ ਦਲਜੀਤ ਸਿੰਘ ਜੀ, ਕਹਿ ਲਓ ਕਿ ਇਸ ਮਾਮਲੇ ਵਿੱਚ ਹੋਰ ਨਵੀਂ ਅਪਡੇਟ ਆਏਗੀ ਤੁਹਾਡਾ ਦੁਬਾਰਾ ਰੁਕ ਕਰਾਂਗੇ। ਧੰਨਵਾਦ ਸਾਨੂੰ ਜੁੜਨ ਦੇ ਲਈ, ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ। ਧੰਨਵਾਦ ਧੰਨਵਾਦ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੇ ਦੇਖਦੇ ਰਹੋ ਤੁਸੀਂ ਪ੍ਰਾਈਡ ਪੰਜਾਬ ਟੀਵੀ। ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰ ਦਿੰਦਾ ਕਿ ਵੱਧ ਤੋਂ ਵੱਧ ਸਾਨੂੰ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਦੇ ਉੱਤੇ ਫੋਲੋ ਜ਼ਰੂਰ ਕਰੋ। ਧੰਨਵਾਦ ਤੇ ਪ੍ਰਾਈਡ ਪੰਜਾਬ ਟੀਵੀ ਦੇਖ ਦਰਸ਼ਕਾਂ ਤੋਂ ਹੁਣ ਲਵਾਂਗੇ ਇਜਾਜ਼ਤ। ਧੰਨਵਾਦ।